ਸਾਡੇ ਕੋਲ ਜੀ ਪੁਲਿਸ ਆਫਿਸਰ ਵੀ ਨਾਲ ਲਿਆਂਦੇ ਗਏ ਆ ਅਤੇ ਸਰ ਮੀਡੀਆ ਤੋਂ ਅਸੀਂ ਸਰਕਾਰੀ ਅਧਿਕਾਰੀ ਪਹੁੰਚੇ ਹੋਏ ਨੇ ਅਤੇ ਜਿਨ੍ਹਾਂ ਦੇ ਵੱਲੋਂ ਜਿੰਨੇ ਮੰਗਣ ਵਾਲੇ ਨੇ ਜਾਂ ਬੂਟ ਪਾਲਸ ਵਾਲੇ ਨੇ ਇਹ ਜਿਹੜੇ ਡੈਰਾ 'ਤੇ ਰਹਿੰਦੇ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਮਤਲਬ ਹਾਂਜੀ ਮੈਮ ਤੁਸੀਂ ਸਰਕਾਰੀ ਆਫਿਸਰ ਆਏ ਹੋ ਕੀ ਹੈਗਾ ਕੀ ਕਹਿ ਕੇ ਤੁਹਾਨੂੰ ਲਿਆਂਦਾ ਨਾਲ ਆ ਬਿਲਕੁਲ ਜੀ ਆ ਬੱਚਿਆਂ ਨੂੰ ਲਿਆਂਦਾ ਅਤੇ ਕਹਿੰਦੇ ਰਹਿਣ ਸਵੇਰੇ ਦੇ ਵਿੱਚ ਰੱਖਿਆ ਜਾਵੇਗਾ ਪਰ ਹੁਣ ਭੱਜਦੇ ਨਜ਼ਰ ਆ ਰਹੇ ਨੇ ਸਰਕਾਰੀ ਆਫਿਸਰ ਇਹ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਦੇ ਵੱਲੋਂ ਕਿ ਜਿੰਨੇ ਬੱਚੇ ਨੇ ਅਤੇ ਉਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪਾਇਆ ਜਾਵੇ ਪਰ ਬੱਚੇ ਕਈ ਭੱਜ ਗਏ ਨੇ ਸਰਕਾਰੀ ਆਫਿਸਰ ਪਹੁੰਚੇ ਹੋਏ ਸਨ ਇਹਨਾਂ ਦੀ ਬੰਦੇ ਮਤ ਕਰੋ ਇਹ ਬੋਲਤੇ ਖਾਣਾ ਕੈਸੇ ਖਾਓਗੇ ਜਬ ਕਾਮ ਕਰੇਂਗੇ ਤਬੀ ਤੋ ਖਾਏਂਗੇ ਘਰ ਮੇ ਕੌਣ ਕੌਣ ਹੈ ਭਾਈ ਹੈ ਡੈਡੀ ਹੈ ਮੰਮੀ ਹੈ ਸਾਰੇ ਕੰਮ ਕਰਤੇ तो ये बोल रहे कि स्कूल में डाला पढ़ने को दिल नहीं करता तुम्हारा पढ़ो ना जाके ए पाजी तो पढ़ेंगे करेंगे तो कमाई कौन करेगा फिर मैं घर पे कौन देगा खर्चा मिनट बाद पकड़ी जा रहा था चलो बेटा मार लो खाई लो दादा ये कोई गल डीसी ऑफिस तो आया डीसी सर वालों दादा आया सन ते कितने के बच्चों को तुम अजे तक लेके गए जे नाल दस दो मैं ਸਰਕਾਰੀ ਬੱਸ ਭੇਜੀ ਸੀ ਪਰ ਬੱਸ ਖਾਲੀ ਜਾ ਰਹੀ ਹੈ ਕਿਉਂਕਿ ਬੱਚੇ ਅਤੇ ਆਦੇਸ਼ ਹੋ ਗਏ ਕਿ ਸਰਕਾਰੀ ਡੀਸੀ ਆਫਿਸ ਵੱਲੋਂ ਭੇਜੇ ਗਏ ਸੀ ਕਿ ਜਿੰਨੇ ਬੱਚੇ ਹੈਗੇ ਨੇ ਅਤੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾ ਜਾ ਬੱਚੇ ਵੀਡੀਓ ਬਣਾ ਰਹੇ ਸੀ ਤੁਹਾਡੇ ਬੱਚੇ ਨੇ ਆਪਣੇ ਨੂੰ ਸਰ ਵੀਡੀਓ ਨਾ ਬਣਾਓ ਨਾ ਬਣਾਓ ਸਰ ਰੈਸਕਿਊ ਕਰਕੇ ਸਕੂਲ ਵਿੱਚ ਐਡਮਿਸ਼ਨ ਕਰਾ ਕੇ ਬੱਚਿਆਂ ਦਾ ਜਿਹੜੇ ਬਿਹਤਰ ਭਵਿੱਖ ਵਾਸਤੇ ਕਾਰਵਾਈ